ਹੁਣ ਮੌਲਵੀਆਂ ਤੇ ਵੀ ਇੱਕ ਫੇਰ ਆ ਜਾਈਏ, ਕਿਉਂਕਿ ਮੌਲਵੀ ਕਿਹੜੇ ਜਬਰੀਲ ਦੀ ਲੜੀ ਚੋਂ ਨੇ। ਹੁਣ ਜ਼ਰਾ ਮੌਲਵੀਆਂ ਦੀ ਇੱਕ ਮੁਕਤੀ ਆਉਣ ਲੱਗੀ ਏ, ਨਬੀ ਦੇ ਮਿੰਬਰ ਤੇ ਬਹਿਣਾ ਏ, ਹਜ਼ੂਰ ਦੇ ਦੀਨ ਦੇ ਨਾਮ ਦੇ ਉੱਤੇ ਇੱਜ਼ਤ ਕਮਾਉਣੀ ਏ, ਲੋਕਾਂ ਕੋਲ ਘੁਆਉਣਾ, ਲਾਮਾ ਸਾਹਿਬ, ਹਜ਼ਰਤ ਸਾਹਿਬ, ਸ਼ਾਹ ਸਾਹਿਬ, ਕਿਬਲਾ ਸਾਹਿਬ, ਪੀਰ ਸਾਹਿਬ, ਮੌਲਵੀ ਸਾਹਿਬ, ਹਜ਼ਰਤ ਸਾਹਿਬ, ਮੁਫਤੀ ਸਾਹਿਬ, ਕਿਬਲਾ ਸਾਹਿਬ, ਸ਼ੇਖ ਉਲ ਮਸ਼ਾਇਖ ਸਾਹਿਬ। ਹੁਣ ਸ਼ੇਖ ਸਾਹਿਬ ਜਾ ਰਹੇ ਨੇ, ਮੁਫਤੀ ਸਾਹਿਬ ਜਾ ਰਹੇ ਨੇ, ਮੌਲਵੀ ਸਾਹਿਬ ਜਾ ਰਹੇ, ਕਿੱਥੇ ਮੈਰਾ ਜਾਲ ਚ ਨਿਕਾਹ ਪੜਾਉਣ? ਕੀ ਹੈ ਜੀ, ਨਬੀ ਦਾ ਗੁਲਾਮ ਜਾ ਰਿਹਾ, ਹਜ਼ੂਰ ਦੀ ਸੁਨਤ ਨਿਕਾਹ ਪੜਾਉਣ ਜਾ ਰਿਹਾ, ਮੌਲਵੀ ਸਾਹਿਬ ਜਾ ਰਹੇ ਜਾ ਰਹੇ। ਅੱਗੇ ਕੁੜੀਆਂ ਨੰਗੇ ਸਿਰ ਫੁੱਲ ਸੁੱਟ ਰਹੀਆਂ, ਮੌਲਵੀ ਨੇ ਪੰਜ ਗੱਲ ਦੀ ਪਾਗਲ ਬੰਨੀ ਏ, ਕਿਸੇ ਮੌਲਵੀ ਨੂੰ ਸ਼ੈਤ ਨਹੀਂ ਹੋਈ ਪੱਗ ਲਾ ਕੇ ਕਿਹਨਾਂ ਜੀ ਕੁਆਰੀਆਂ ਤੀਆਂ ਦੇ ਸਿਰ ਕੱਜ ਦੇਵੇ ਕਿ ਮੇਰੀ ਓ ਬੇਟੀ ਉਹ ਮੇਰੇ ਨਬੀ ਦੇ ਮਿੰਬਰ ਤੇ ਬੈਠਾ ਏ, ਜਿਹਦੇ ਮਿੰਬਰ ਤੇ ਬੈਠਾ ਏ, ਉਹਨੇ ਆਪਣੀ ਕਾਲੀ ਕਮਲੀ ਉਤਾਰ ਕੇ ਕਾਫਰ ਦੀ ਧੀ ਦਾ ਸਰ ਕਜਿਆ ਸੀ। ਮੌਲਵੀ ਨਿਕਾਹ ਪੜਾਉਣ ਜਾਂਦਾ, ਮੈਨੂੰ ਵਹਾਓ ਕੋਈ ਮੌਲਵੀ, ਉਹਨਾਂ ਕੁਆਰੀਆਂ ਤੀਆਂ ਦੇ ਸਿਰ ਕੱਜਦਾ, ਐਡਾ ਪਗੜ ਬਣਿਆ ਹੁੰਦਾ ਤੇ ਬੈਠਾ ਹੁੰਦਾ ਕੁਰਸੀ ਤੇ ਜਾ ਕੇ, ਵਾਜੇ ਵੱਜ ਰਹੇ ਹੁੰਦੇ ਨੇ, ਆਸ਼ਕ ਰਸੂਲ ਦੀ ਜਾਂਜੇ ਵਾਜੇ ਵੱਜ ਰਹੇ ਨੇ, ਹਜ਼ਰਤ ਹੁਣੀ ਦਾ ਜੀ ਕਰਦਾ ਮੈਂ ਵੀ ਨਾਲ ਨੱਚਾਂ, ਨਾਲ ਕੁਰਸੀ ਤੇ ਬੈਠਾ ਹੁੰਦਾ, ਉਧਰ ਵਾਜੇ ਵੱਜ ਰਹੇ ਨੇ, ਕੁੜੀਆਂ ਨੱਚ ਰਹੀਆਂ, ਮੁੰਡੇ ਨੱਚ ਰਹੇ, ਲੁੱਡੀ ਪਾ ਰਹੇ, ਬੁਗਦੇ ਨੇ, ਬਹਿਰਜ ਹਾਲਾਂ ਕਿ ਲਾਲਾ ਲਾਲਾ ਹੁੰਦੀ ਏ, ਅੰਦਰ ਨਬੀ ਦੇ ਮਿੰਬਰ ਦਾ ਵਾਰਸ ਬੈਠਾ ਹੈ ਤੇ ਹੁਣ ਨਿਕਾਹ ਪੜਾਉਣ ਲੱਗਾ ਹੈ। ਯਾਰ ਉਧਰ ਕੀ ਵੇਲਾ ਕੈਮਰੇ ਚ ਮੇਰੇ ਇੱਧਰ ਮੇਰਾ ਯਾਰ ਹੈ ਕੈਮਰੇ ਚ, ਕੋਈ ਨੀ ਤੂੰ ਕੀ ਕਰਨਾ ਆਣ ਕੇ, ਗੱਲ ਬੜੀ ਵੱਡੀ ਸੀ ਯਾਰ, ਕੈਮਰਾ ਨੂੰ ਮਾਰਿਆ ਕਰ, ਸੱਜ ਦੇਣਾ ਮੁੰਡਿਆ ਤੇ ਇੱਧਰ ਰੱਖਿਆ ਕਰ ਕੈਮਰਾ, ਗੱਲ ਬੜੀ ਕੀਮਤੀ ਏ, ਬੜੀ ਕੀਮਤੀ ਗੱਲ ਸੀ। ਮੌਲਵੀ ਸਾਹਿਬ ਕੁਰਸੀ ਤੇ ਬਹਿ ਗਏ ਨੇ, ਜੀ ਹਜ਼ਰਤ ਸਾਹਿਬ ਨਿਕਾਹ ਪੜਾਓ, ਵਾਜੇ ਬੰਦ ਹੋ ਗਏ ਨੇ, ਚੁੱਪ ਕਰੋ ਓ ਪੰਡੋ, ਤੁਸੀਂ ਚੁੱਪ ਕਰ ਜੇ, ਮੌਲਵੀ ਸਾਹਿਬ ਆਏ ਨੇ। ਹੁਣ ਮੌਲੀ ਸਾਹਿਬ ਨਿਕਾਹ ਪੜਾਉਣ ਲੱਗੇ ਨੇ, ਜਨਾਬ ਜੀ ਪੜਾ ਕੇ ਮੌਲੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ 1000 ਕੁ ਦੇ ਦਿਓ, ਤੇ ਜਿਨ੍ਹਾਂ ਕੰਜਰਾਂ ਨੇ ਭੰਡੀ ਕੀਤੀ ਏ, ਬੁੱਢਿਆਂ ਬਾਬਿਆਂ ਵੀ ਉਹਨਾਂ ਦੀਆਂ ਗੱਲਾਂ ਨਾਲ ਲਾ ਲਾ ਕੇ ਪੈਸੇ ਦਿੱਤੇ ਨੇ, ਐਚਆਰੀ ਦੇ ਨਾਂ ਦੀ ਵੇਲ, ਬਾਲ ਪਰਿਵਾਰ ਦੇ ਨਾਂ ਦੀ ਵੇਲ, ਜੱਦ ਦੇ ਨਾਂ ਦੀ ਵੇਲ, ਉਹਨਾਂ ਨੂੰ ਕੰਜਰਾਂ ਨੂੰ ਲੱਖਾਂ ਦਿੱਤੇ ਨੇ, ਤੇ ਮੌਲਵੀ ਨੂੰ ਅੱਲਾ ਨੇ ਕਹਿ ਲੈ ਦੇਖ ਲਾ, ਤੂੰ ਮੇਰੇ ਦੀਨ ਨੂੰ ਜ਼ਲੀਲ ਕਰਾਇਆ, ਯਹੂਦੀ ਨੇ ਬੁਲਾਇਆ ਕਲੀਸੇ 'ਚ ਨਿਕਾਹ ਪੜਾਉਣਾ, ਉਹਨੇ ਕਿਹਾ ਕਲੀਸੇ 'ਚ ਆ ਜਾਓ, ਸਾਈ ਨੇ ਕਿਹਾ ਨਿਕਾਹ ਪੜਾਉਣਾ, ਪਾਦਰੀ ਨੇ ਕਿਹਾ ਗਿਰਜੇ 'ਚ ਆ ਜਾਓ, ਸਿੱਖ ਨੇ ਕਿਹਾ ਨਿਕਾਹ ਪੜਾਉਣਾ, ਉਹਨਾਂ ਦੇ ਪੰਨਾ ਜੀ ਗੁਰੂ ਨੇ ਕਿਹਾ ਗੁਰਦੁਆਰੇ ਆ ਜਾਓ, ਹਿੰਦੂ ਨੇ ਕਿਹਾ ਨਿਕਾਹ ਪੜਾਉਣਾ, ਉਹਨਾਂ ਕਿਹਾ ਪੰਡਿਤ ਨੇ, ਮੁਗਲ ਜੀ ਆਓ ਮੰਦਿਰ ਦੇ ਅੰਦਰ ਆ ਜਾਓ, ਮੌਲਵੀ ਕਹਿੰਦਾ ਜਿੱਥੇ ਤੁਸੀਂ ਕੰਜਰਖਾਨਾ ਕਰੋਗੇ ਮੈਂ ਉੱਥੇ ਹੀ ਆ ਜਾਵਾਂ, ਇਹਨੇ ਨਹੀਂ ਕਿਹਾ ਮਸੀਤੀ ਆ ਜਾਓ, ਇਹਨੇ ਆਪਣੀ ਚੌਧਰ ਆਪ ਗਵਾਈ, ਇਹਨੇ ਆਪਣੀ ਦਿਲ ਕੇ ਫਫੋਲੇ ਚੱਲ ਉੱਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗੀ ਕਰਕੇ ਚਿਰਾਗ ਸੇ, ਜਿਨ ਪੱਤੋਂ ਪੇ ਤਕੀਆ ਥਾ ਵੋ ਪੱਤੇ ਹਵਾ ਦੇਣੇ ਲੱਗੇ। ਮੌਲਵੀ ਦਾ ਮੁੱਲ ਪਿਆ 1000, ਕੰਜਰਾਂ ਦਾ ਮੁੱਲ ਪਿਆ ਲੱਖਾਂ, ਵਾਜੇ ਵਾਲਿਆਂ ਨੂੰ ਪਹਿਲੋਂ ਵੀ ਦਿੱਤੇ, ਰੋਟੀ ਵੀ ਖਵਾਈ, ਗੱਡੀ ਦਾ ਕਿਰਾਇਆ ਵੀ ਦਿੱਤਾ, ਘਰੋਂ ਘਰ ਗਵਾਇਆ, ਨਾਲੇ ਪੜਵਾ ਖਵਾਇਆ, ਉਹ ਬੋਲੋ ਤੇ ਸਹੀ, ਸਭ ਕੁਛ ਕੀਤਾ ਮੌਲਵੀ ਵਰੀ 1000। ਅੱਲਾ ਨੇ ਕਿਹਾ ਮੌਲਵੀਆ ਤੇਰੀ ਇੱਜ਼ਤ ਇਸ ਵਾਸਤੇ ਜ਼ਾਹਰ ਹੋਈ ਏ, ਤੂੰ ਮੇਰੇ ਦੀਨ ਨਾਲ ਗੱਦਾਰੀ ਕੀਤੀ ਏ, ਤੂੰ ਮੇਰੇ ਘਰ ਦਾ ਚੌਕੀਦਾਰ ਸਾਂ, ਤੂੰ ਨਬੀ ਦੇ ਦੀਨ ਦਾ ਚੌਕੀਦਾਰ ਸਾਂ, ਚੋਰ ਕੁੱਤੀ ਰਲੇ, ਝੁੱਗਾ ਲਟੀਂਦਾ ਹੈ, ਮੌਲਵੀ ਸ਼ਤਾਨ ਰਲੇ ਤੇ ਦੀਨ ਲਟੀਂਦਾ ਹੈ, ਦੱਸੋ ਇਹਨਾਂ ਮੌਲਵੀਆਂ ਨੂੰ ਡਟ ਜਾਣਾ ਚਾਹੀਦਾ ਸੀ, ਕਿਸਾ ਬੇਨਮਾਜ਼ ਦਾ ਜਨਾਜ਼ਾ ਨਹੀਂ ਪੜਾਉਣਾ, ਵਾਜਿਆਂ ਵਾਲੀ ਜਾਈ ਦਾ ਨਿਕਾਹ ਨਹੀਂ ਪੜਾਉਣਾ, ਜੇ ਸਵੇਰੇ ਬਾਵਲ ਦਾਸ 'ਚ ਕੋਈ ਬੰਦਾ ਮਸੀਤੇ ਨਾ ਵੜੇ ਤੇ ਮੇਰਾ ਨਾਂ ਵਟਾ ਦੇਵੀਆਂ, ਸਵੇਰੇ ਲਾਨ ਤੇ ਕਰਨ। ਇਹ ਮੌਲਵੀ ਆਪ ਮੁਖਲਸ ਨਹੀਂ, ਜੇ ਮੌਲਵੀ ਇਸਲਾਮ ਨਾਲ ਮੁਖਲਸ ਹੋਣ ਤੇ ਸੜਕਾਂ ਬਲਾਕ ਕਰਦੇ ਨੇ ਖਤਮੇ ਨਬੂਵਤ ਦੇ ਨਾਮ ਤੇ, ਤੇ ਸਵੇਰੇ ਸਾਰੇ ਫਿਰਕਿਆਂ ਦੇ ਮੌਲਵੀ ਦਪਾਲਪੁਰ ਦੇ ਚੌਕ ਚ ਲਾਨ ਕਰਨ ਕਿ ਅਸੀਂ ਬੇਨਮਾਜ਼ ਦਾ ਜਨਾਜ਼ਾ ਨਹੀਂ ਪੜਾਉਣਾ, ਤੇ ਵੇਖੀ ਸਵੇਰੇ ਮਸੀਤਾਂ ਭਰਦੀਆਂ ਨੇ ਕਿ ਨਹੀਂ ਭਰਦੀਆਂ। ਮੌਲਵੀ ਕਵੇ ਹਾਂ ਵੀ ਮਹਿੰਦੀ ਵਾਲੀ ਕੁੜੀ ਦਾ ਮੈਂ ਨਿਕਾਹ ਨਹੀਂ ਪੜਾਉਣਾ, ਤੇ ਮੈਂ ਵੇਖਾਂਗਾ ਕਿਹੜੀ ਕੁੜੀ ਮਹਿੰਦੀ ਕੱਢਦੀ। ਮੌਲਵੀ ਕਵੇ ਹਾਂ ਮੈਂ ਵਾਜਿਆਂ ਵਾਲੀ ਜਾਈ ਦਾ ਨਿਕਾਹ ਨਹੀਂ ਪੜਾਉਣਾ, ਮੈਂ ਵੇਖਾਂਗਾ ਕਿਹੜੇ ਵਜਾਉਂਦੇ। ਮੌਲਵੀ ਕਵੇ ਮੈਂ ਮਸੀਤੇ ਨਿਕਾਹ ਪੜਾਉਣਾ, ਵੇਖਾਂਗਾ ਦੂਲਾ ਮਸੀਤੇ ਆਉਂਦਾ ਕਿ ਨਹੀਂ ਆਉਂਦਾ। ਇਹ ਲਾੜੇ ਨੂੰ ਆਪ ਕਹਿੰਦਾ ਉੱਥੇ ਚੱਲੀ ਮੈਂ ਵੀ ਆਵਾਂਗਾ, ਜ਼ਰਾ ਘੜੀ ਮੈਂ ਵੀ ਲੁੱਡੀ ਲੱਡੀ ਵੇਖ ਲਵਾਂਗਾ, ਮੇਰਾ ਮੂੰਹ ਸਲੂਣਾ ਕਰ ਲਾਂਗਾ। ਇਹ ਗੱਲ ਸੱਚੀ, ਮੇਰੀ ਗੱਲ ਸੱਚੀ, ਭਾਵੇਂ ਮੌਲਵੀਆਂ ਨੂੰ ਕੌੜੀ ਲੱਗੇ, ਮੌਲਵੀਆਂ ਦਾ ਧਾਤ ਨਹੀਂ ਹੈਗਾ। ਮੌਲਵੀ ਮੁਖਲਸ ਹੋ ਜਾਣ ਨਾ ਆਪਣੇ ਸ਼ੋਭੇ ਨਾਲ, ਤੇ ਲੋਕਾਂ ਦਾ ਕੀ ਹੈ? ਤੁਸੀਂ ਆਹਦੇ ਮਸੀਤਾਂ ਦੀਆਂ ਸਭਾ ਤੇ ਉੱਲੀ ਲੱਗੀ ਹੈ, ਮੈਂ ਲਿਖ ਕੇ ਦੇਣ ਲਈ ਤਿਆਰ ਹੈ। ਨਾਸਰ ਮਦਨੀ ਦੇ ਨੁਸਖੇ ਤੇ ਮੌਲਵੀ ਅਮਲ ਕਰ ਲੈਣ, ਜਿਵੇਂ ਇਸ ਕੰਮ ਤੇ ਇਕੱਠੇ ਨੇ ਕਿ ਸਾਰੀਆਂ ਪਾਰਟੀਆਂ ਤੁਸੀਂ ਹੜਤਾਲ ਕਰਦੀਆਂ ਵੇਖੀਆਂ, ਡਾਕਟਰਾਂ ਦੇ ਮਰ ਗਏ, ਵਕੀਲਾਂ ਦੇ ਮਰ ਗਏ, ਜੱਜਾਂ ਦੇ ਮਰ ਗਏ, MPਆਂ ਦੇ ਮਰ ਗਏ, ਕਿਸਾਨਾਂ ਦੇ ਮਰ ਗਏ, ਹੜਤਾਲ ਕਰਦੇ ਨੇ ਕਿ ਨਹੀਂ? ਬੋਲੋ ਤੇ ਸਹੀ।
پر پاکستان چکو محکمہ مولویاں دا جڑا کسی بھی فرقے دا ہے وہ جنازگاہ چ نہیں کہندا پہلو میری تنخواہ وداؤ نہیں تے میں ہڑتال تے وہ بولو کیا کدی کسی مولوی اسی ہڑتال نہیں کرتے میں کہنا ایک کم تے ہڑتال کر لو مولوی کٹھے ہو جان اے جڑا سڑکاں تے نعرے مارتے جے نا کہ نبی دی خاطر جان دے داں گے بساں دے شیشے توڑ داں گے پمپ ساڑ داں گے شٹر توڑ داں گے میں چھوٹے لا داں گا میں موچھے پا داں گا ایتھے چھوٹے موچھے پاؤ جتھے پوندا کجے ایویں واہ تلواراں نہ مارو آ نہیں گل سچی آپ صاحب سیدھی نہیں گل آپ صاحب تسی میرے نال جے نا تسی وی نال جد دو تے نال رلو نا میرے نہیں گل حضرت صاحب میں مثال ہے اور جے مولوی اللہ جاندہ دو گلہ تے کٹھے ہو جن دو گلہ تے کٹھے ہو جن دنے اسلام آ جاوے دنے پر مولوی ایک مولوی کہنا میں نہیں پڑھونا دو جاندہ ویخ یا ڈاہا جی میں پڑھا ہوں تو اتھے ان کے میں اسلام بننے